ਕਰ ਲੈਣਾ ਜਾ ਕੇ ਨਾ ਚੱਲ ਚੱਲ ਉਧਰ ਨਹੀਂ ਜਾਂਦੇ
ਵਿਖੇ ਧਰਨੇ ਲਾਉਣ ਦੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਅਮਰਜੀਤ ਸਿੰਘ। ਕਿੱਥੋਂ ਆਏ ਜੀ? ਇਹ ਅੰਮ੍ਰਿਤਸਰ ਤੋਂ ਜੀ। ਅੰਮ੍ਰਿਤਸਰ ਸਾਹਿਬ ਤੋਂ? ਠੀਕ ਹੈ ਜੀ। ਤੇ ਕਦੋਂ ਦੇ ਚੱਲੇ ਹੋਏ? ਪਰਸੋਂ ਦੇ ਚੱਲੇ। ਪਰਸੋਂ ਦੇ ਚੱਲੇ? ਤੀਜਾ ਦਿਨ ਹੈ ਅੱਜ। ਅੱਜ ਫਿਰ ਤੋੜ ਦੋਗੇ ਬਾਰਡਰ? ਤੋੜਾਂਗੇ ਜੀ, ਤੋੜਾਂਗੇ। ਵੈਰੀ ਗੁੱਡ। ਹਾਂਜੀ, ਕਹਿੰਦੇ ਗ੍ਰਿਫਤਾਰੀਆਂ ਵੀ ਸ਼ੁਰੂ ਕੀਤੀਆਂ ਨੇ ਸੰਭੂ ਬਾਰਡਰ ਤੇ। ਕੋਈ ਨਹੀਂ, ਸਾਡੇ ਬਾਬੇ ਪਰਦਾਦੇ ਗ੍ਰਿਫਤਾਰੀਆਂ ਦਾ, ਮੈਂ ਆਜ਼ਾਦੀ ਘਰਾਟੀਏ ਦਾ ਪੋਤਾ ਵਾਂ। ਤੇ ਜੇ ਉਹ ਉਦੋਂ ਲੜ ਲੜ ਕੇ ਅੰਗਰੇਜ਼ ਫੜੀ ਗਿਆ, ਹੁਣ ਇਹ ਫੜੀ ਜਾਂਦੇ, ਕੋਈ ਗੱਲ ਨਹੀਂ ਕਿ ਫੜੀ ਜਾਣ ਜਿੰਨੇ ਫੜਦੇ ਆ। ਰੋਸ ਕੀ ਆ ਕਿਸਾਨਾਂ ਦਾ, ਕਿਉਂਕਿ ਸੰਘਰਸ਼ ਪਹਿਲਾਂ ਵੀ ਕੀਤਾ ਸੀ ਆਪਾਂ? ਤੇ ਰੋਸ ਇਹੋ ਹੀ ਆ, ਜਿਹੜੀ ਸਾਨੂੰ ਗਰੰਟੀ ਕਾਨੂੰਨ ਬਣਾਇਆ ਲਿਖ ਕੇ ਦੇਣ, ਜਿਹੜੇ ਜਿਹੜੀਆਂ ਸਾਡੀਆਂ ਮੰਗਾਂ। ਹਾਂ, ਵਾਅਦਾ ਖਿਲਾਫੀ, ਵਾਅਦੇ ਪੂਰੇ ਨਹੀਂ ਕੀਤੇ ਪਹਿਲੇ, ਕੋਈ ਵਾਅਦਾ ਪੂਰਾ ਨਹੀਂ ਇਹਨਾਂ ਕੋਲ ਆ। ਰੱਖਾਂਗੇ ਰੱਖਾਂਗੇ ਜੀ, ਕਰਾਂਗੇ, ਜ਼ੋਰ ਲਾਵਾਂਗੇ ਪੂਰਾ। ਸਵੇਰੇ ਕਸ਼ਹਿਰੇ ਵੇ ਸੁੱਕਣੇ ਪਾਉਣੇ ਦਿੱਲੀ 'ਚ? ਦਿੱਲੀ ਪਹੁੰਚਾਂਗੇ, ਜਿੱਦਾਂ ਮਰਜ਼ੀ ਪਹੁੰਚਿਆ ਜਾਵੇ, ਕੋਈ ਨਹੀਂ, ਬਾਏ ਦਰਿਆ ਥਾਣੀ ਲੰਘਾਂਗੇ। ਪੋਲੀ ਬੰਦ ਕੀਤੇ ਆ ਇਸ ਵਾਰ, ਕਹਿੰਦੇ ਸਾਡੀ ਤਿਆਰੀਆਂ ਨੇ ਵੀ ਐਤਕੀ ਤਾਂ ਆਪਣੀਆਂ ਵੀ ਤਿਆਰੀ ਹੋਣੀ ਚਾਹੀਦੀ, ਕਿਉਂਕਿ ਪਿਛਲੀ ਵਾਰ ਨਾਲ ਆਪਾਂ ਸਿੱਖਿਆ ਬਹੁਤ ਕੁਛ। ਹਾਂਜੀ, ਜੇ ਇਹਨਾਂ ਤਿਆਰੀਆਂ ਕੀਤੀਆਂ ਵਾ ਤੇ ਇੰਨਾ ਚਿਰ ਖੈਬਰ ਤੋਂ ਚੜ੍ਹ ਕੇ ਮੁਗਲ ਆਉਂਦੇ ਰਹੇ, ਇਹਨਾਂ ਕੋਲ ਇੱਕ ਮੁਗਲ ਨਹੀਂ ਰੁਕਿਆ, ਤੇ ਜਿੰਨਾ ਚਿਰ ਸਿੱਖ ਰਾਜ ਰਿਹਾ ਤੇ ਇੱਕ ਮੁਗਲ ਗਾਂਹ ਲੰਘਣ ਨਹੀਂ ਦਿੱਤਾ। ਹਾਂ, ਪਛਾਹ ਮੋੜਿਆ, ਜਿੰਨੀ ਵਾਰ ਮੋੜਿਆ ਪੰਜਾਬ ਤੋਂ ਮੁੜਿਆ ਨਾ, ਉਹ ਗਾਂਹ ਤਾਂ ਨਹੀਂ ਨਾ ਲੰਘਿਆ, ਖੈਬਰ ਨਹੀਂ ਟੱਪਣ ਦਿੱਤਾ ਕਿਸੇ ਨੂੰ। ਇਹ ਸਾਨੂੰ ਇੱਕ ਵਾਰੀ ਮਾੜਾ ਸਾਈਡ 'ਤੇ ਫੌਜਾਂ ਕਰਨ ਦੇ, ਸਿੱਧਾ ਸਾਡੇ ਨਾਲ ਸਿੱਧਾ ਆਵੇ। ਜੇ ਦਿੱਲੀ ਛੱਡ ਕੇ ਪਰਾਂ ਕਰਨਾਟਕਾ ਤੱਕ ਨਾ ਲੈ ਕੇ ਗਏ ਇਹਨੂੰ, ਤਾਂ ਆਖੇ ਵੀ ਸਿੱਖ ਹੈਗੇ ਆ। ਇਹ ਹੋਰ ਪਾਸੇ ਵੀ ਜਥੇਬੰਦੀਆਂ ਆ ਰਹੀਆਂ ਨੇ, ਪਰ ਇਹ ਪੰਜਾਬ 'ਤੇ ਕਿਉਂ ਮੋਦੀ ਇੰਨਾ ਡਰਦਾ? ਪੰਜਾਬ ਤੋਂ ਡਰਦਾ ਵਾ, ਪੰਜਾਬ ਨੇ 83% ਕੁਰਬਾਨੀਆਂ ਦਿੱਤੀਆਂ ਵਾ, ਇਹਨੂੰ ਪਤਾ ਵਾ ਵੀ ਕੁਰਬਾਨੀਆਂ ਦੇਣੀਆਂ, ਜਾਣਦੇ ਆ। ਆਹ ਸਾਡੇ ਨਾਲ ਹਰਿਆਣੇ ਦੇ ਵੀਰ ਆ, ਇਹ ਹੁਣ ਸਾਡੇ ਨਾਲ ਕੁਰਬਾਨੀਆਂ ਵੀ ਦਿੱਤੀਆਂ, ਸਾਰਾ ਕੁਛ ਨਾਲ ਤੁਰੇ ਆ। ਹੁਣ ਉਹਨਾਂ ਨੂੰ ਇਹ ਉਹਦਾ ਹਿੱਸਾ ਹੀ ਸਾਡਾ ਨਾ, ਉਹ ਤਾਂ ਸਾਡੇ ਭਰਾ ਵਾ, ਅਸੀਂ ਉਹਨਾਂ ਨੂੰ ਨਾਲ ਲੈ ਕੇ ਗਾੜੀਆਂ ਤੁਰ ਪੈਣਾ, ਗਾੜੀਆਂ ਉਹਨਾਂ ਤੁਰ ਪੈਣਾ ਵਾ, ਇਕੱਠੀ ਹੋ ਜਾਣਾ ਦਿੱਲੀ 'ਚ, ਮੋਰਚਾ ਕੱਢਾਂਗੇ ਜਿੱਥੇ ਵੀ ਗੱਡਿਆ ਜਾਏਗਾ। ਓਹੋ
ये देखिए चौक किया, पिस्टल को चौक किया और पिस्तौल को चौक किया है और किसान जो ये देखिए तस्वीरें, ये तस्वीरें कहीं ना कहीं हैरान परेशान कर रही है कि किस तरह माहौल लगातार यहाँ पर बिगड़ता जा रहा है। और ये देखिए गन फायर हो रहा है, टीयर गैस लगातार छोटी, ये देखिए फायर किया गया है, फायर किया गया है, ये गोली चलाई गई है, ये देखिए फायर, ये देखिए गोली चलाई जा रही है, ये देखिए गोली चलाई जा रही है, यहाँ पर लगातार फायरिंग हो रही है, यहाँ पर फायरिंग हो रही है। और ये हालात बहुत चिंताजनक है। ये देखिए अगर तस्वीरें देख, मेरे गोली लगी भाई, दिखाई नेहा, मेरे गोली लगी है नेहा, मेरे गोली लगी है। आजा।